ਫਰੀਦਾ ਹੌਂ ਬਲਿਹਾਰੀ ਤਿੰਨਾਂ ਪੰਖੀਆਂ ਜੰਗਲ ਜਿੰਨਾ ਵਾਸ ਕੰਕਰ ਚੁਗਣ ਥਲ ਵਸਨ ਰੱਬ ਨਾ ਛੋੜਨ ਪਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡੇਲੀ ਪੋਸਟ ਪੰਜਾਬੀ ਦੇ ਦਰਸ਼ਕਾਂ ਨੂੰ ਅੱਜ ਇੱਕ ਐਸੇ ਪਵਿੱਤਰ ਅਸਥਾਨ ਦੇ ਦਰਸ਼ਨ ਕਰਵਾਏ ਜਾਣਗੇ ਜਿਸ ਦੇ ਦਰਸ਼ਨ ਕਰਨ ਦੇ ਨਾਲ ਤਨ ਮਨ ਨਿਹਾਲ ਹੋ ਜਾਵੇਗਾ। ਬਿਲਕੁਲ ਜੀ, ਇਹ ਪਵਿੱਤਰ ਅਸਥਾਨ ਦਾ ਨਾਮ ਹੈ ਗੁਰਦੁਆਰਾ ਤਪੋਬਨ ਟੱਕੀ ਸਾਹਿਬ ਮਕਸੂਦਰਾ। ਬਿਲਕੁਲ ਜੀ, ਦੁਰਾਹੇ ਦੇ ਨਜ਼ਦੀਕ ਤਹਿਸੀਲ ਪਾਇਲ ਦੇ ਪਿੰਡ ਮਕਸੂਦਰਾ 'ਚ ਇਹ ਪਵਿੱਤਰ ਅਸਥਾਨ ਸੁਭਾਈਮਾਨ ਹੈ। ਇਸ ਪਵਿੱਤਰ ਅਸਥਾਨ ਦੇ ਇਤਿਹਾਸ ਦੀ ਜੇਕਰ ਗੱਲ ਕਰੀਏ ਤਾਂ ਪਹਿਲਾਂ ਇੱਥੇ ਇੱਕ ਬੀਆਬਾਨ ਜੰਗਲ ਹੁੰਦਾ ਸੀ ਜਿੱਥੇ ਕੋਈ ਵੀ ਨਜ਼ਦੀਕ ਨਹੀਂ ਆਉਂਦਾ ਸੀ, ਪਰ ਇੱਥੇ ਸੰਤ ਬਾਬਾ ਦਰਸ਼ਨ ਸਿੰਘ ਜੀ ਆਏ ਤਾਂ ਉਹਨਾਂ ਨੇ ਇਸ ਜੰਗਲ ਦੇ ਵਿੱਚ ਆ ਕੇ ਮੰਗਲ ਲਗਾਇਆ। ਬਿਲਕੁਲ ਜੀ, ਇਸ ਪਵਿੱਤਰ ਅਸਥਾਨ 'ਤੇ ਉਹਨਾਂ ਨੇ ਲੰਮਾ ਸਮਾਂ ਤਪ ਕੀਤਾ ਅਤੇ ਜਿਸ ਤੋਂ ਬਾਅਦ 1986 ਦੇ ਵਿੱਚ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਅਤੇ ਇੱਕ ਬਹੁਤ ਹੀ ਖੂਬਸੂਰਤ ਜਿਹੜਾ ਗੁਰਦੁਆਰਾ ਸੁਭਾਈਮਾਨ ਹੈ। ਆਲੇ ਦੁਆਲੇ ਬਹੁਤ ਸਾਰੇ ਜੀਵ ਜੰਤੂ ਵੀ ਨੇ, ਆਓ ਫਿਰ ਅਸੀਂ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਾਂਗੇ ਅਤੇ ਨਾਲ ਹੀ ਇਸ ਪਵਿੱਤਰ ਅਸਥਾਨ ਦੇ ਇਤਿਹਾਸ ਬਾਰੇ ਜਾਣਕਾਰੀ ਵੀ ਦੇਵਾਂਗੇ। ਇਸ ਦੇ ਦਰਸ਼ਨ ਕਰਨ ਦੇ ਨਾਲ ਤੁਹਾਡਾ ਮਨ ਨੂੰ ਬਹੁਤ ਹੀ ਸਕੂਨ ਮਿਲੇਗਾ ਕਿਉਂਕਿ ਹਰਿਆਲੀ ਦੇ ਵਿੱਚ ਇਹ ਗੁਰਦੁਆਰਾ ਸੁਭਾਈਮਾਨ ਹੈ। ਆਓ ਫਿਰ ਚੱਲਦੇ ਹਾਂ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਦੇ ਲਈ। ਗੁਰਦੁਆਰਾ ਤਪੋਬਨ ਟੱਕੀ ਸਾਹਿਬ ਜੋ ਕਿ ਕੁਦਰਤ ਦੀ ਨਿੱਗੀ ਗੋਦ ਵਿੱਚ ਵਸਦਾ ਸੁੰਦਰ ਅਸਥਾਨ ਹੈ। ਇੱਕ ਸਦੀਆਂ ਜੁੱਗਾਂ ਪੁਰਾਣਾ ਇੱਥੇ ਜੰਗਲ ਸੀ ਜਿੱਥੇ ਬੈਠ ਕੇ ਰੱਬ ਦੇ ਪਿਆਰੇ ਸੰਤ ਬਾਬਾ ਦਰਸ਼ਨ ਸਿੰਘ ਖਾਲਸਾ ਜੀ ਨੇ ਨਾਮ ਸੇਵਾ ਸਿਮਰਨ ਦੀ ਕੜੀ ਘਾਲਾਂ ਘਾਲੀ ਅਤੇ ਜੰਗਲ 'ਚ ਮੰਗਲ ਲਗਾਏ। ਇਸ ਜੰਗਲ 'ਚ ਰਾਤ ਨੂੰ ਕੀ ਲੋਕ ਦਿਨੇ ਜਾਣ ਤੋਂ ਵੀ ਡਰਦੇ ਸਨ। ਇਹ ਤਪੋਬਨ ਜੋ ਕਿ ਢੱਕਾਂ, ਪਲਾਹਾਂ, ਜੰਡਾਂ, ਕਕੀਰਾਂ, ਕਿੱਕਰਾਂ, ਪਿਪਲਾਂ, ਬਰੂਟਿਆਂ ਅਤੇ ਕਈ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਅਤੇ ਝਾੜੀਆਂ ਦੇ ਨਾਲ ਭਰਪੂਰ ਤਕਰੀਬਨ 550 ਬਿੱਘੇ ਜ਼ਮੀਨ ਵਿੱਚ ਫੈਲਿਆ ਹੋਇਆ ਹੈ। ਮੰਨਿਆ ਜਾਂਦਾ ਹੈ ਕਿ ਇੱਥੇ ਬਹੁਤ ਸਾਰੀਆਂ ਅਦਭੁਤ ਅਗੰਮੀ ਸ਼ਕਤੀਆਂ ਵਰਤੀਆਂ। ਇੱਥੇ ਕੋਈ ਲੱਕੜ ਨਹੀਂ ਚੁੱਕ ਸਕਿਆ ਸੀ ਅਤੇ ਨਾ ਹੀ ਕੋਈ ਇਸ ਜਗ੍ਹਾ ਨੂੰ ਵਾਹ ਸਕਦਾ ਸੀ। ਇਸ ਜਗ੍ਹਾ 'ਤੇ ਅਨੇਕਾਂ ਸਾਧੂ ਮਹਾਤਮਾ ਆਏ ਅਤੇ ਗਏ। ਕੋਈ ਵੀ ਮਹਾਤਮਾ ਜਾਂ ਸਾਧੂ 2 ਜਾਂ 4 ਦਿਨ ਤੋਂ ਵੱਧ ਟਿਕ ਨਹੀਂ ਸਕਿਆ, ਪਰ ਅਕਾਲ ਪੁਰਖ ਦੇ ਅਗੰਮੀ ਹੁਕਮ ਅਨੁਸਾਰ ਸੰਤ ਬਾਬਾ ਦਰਸ਼ਨ ਜੀ ਇਸ ਜਗ੍ਹਾ 'ਤੇ 1986-87 'ਚ ਆਏ। ਇੱਥੇ ਉਹਨਾਂ ਨੇ ਸਾਲਾਂ ਬੱਧੀ ਘੋਰ ਤਪੱਸਿਆ ਕਰਕੇ ਇਸ ਘੋਰ ਬੀਆਬਾਨ ਜੰਗਲ ਨੂੰ ਮੰਗਲ ਦਾ ਰੂਪ ਦਿੱਤਾ। ਇੱਥੇ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ, ਜਿੱਥੇ ਰੋਜ਼ਾਨਾ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਗੁਰੂ ਸਾਹਿਬ ਦੇ ਅੱਗੇ ਨਤਮਸਤਕ ਹੁੰਦੀਆਂ ਨੇ। ਸੰਤ ਬਾਬਾ ਦਰਸ਼ਨ ਸਿੰਘ ਜੀ ਵੱਲੋਂ ਧਾਰਮਿਕ ਦੀਵਾਨ ਵੀ ਸਜਾਏ ਜਾਂਦੇ ਨੇ ਅਤੇ ਸਿੱਖ ਸੰਗਤਾਂ ਆ ਕੇ ਇਲਾਹੀ ਗੁਰਬਾਣੀ ਦਾ ਆਨੰਦ ਮਾਣਦੀਆਂ ਨੇ।
ਇੱਕ ਇਲਾਹੀ ਗੁਰਬਾਣੀ ਦਾ ਭਰਪੂਰ ਆਨੰਦ ਅਤੇ ਦੂਸਰਾ ਜਦੋਂ ਮਿੱਠੀ ਸ਼ੈਬਰ ਲੱਗਦੀ ਹੈ ਤਾਂ ਮੋਰ ਪਹਿਲਾਂ ਪਾਉਂਦੇ ਨੇ। ਵੱਖ ਵੱਖ ਪੰਛੀ ਕਾਦਰ ਅਤੇ ਕੁਦਰਤ ਦਾ ਆਨੰਦ ਮਾਣਦੇ ਨੇ। ਇਹ ਖੂਬਸੂਰਤ ਨਜ਼ਾਰਾ ਦੇਖ ਕੇ ਮਨ ਨੂੰ ਅੰਤਾਂ ਦਾ ਸਕੂਨ ਮਿਲਦਾ ਹੈ। ਬਾਬਾ ਜੀ ਦਾ ਕੁਦਰਤ ਨਾਲ ਇੰਨਾ ਪਿਆਰ ਤੇ ਸਨੇਹ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਜਾਨਵਰ ਤੇ ਪੰਛੀ ਬਾਬਾ ਜੀ ਦੇ ਕੋਲ ਆਉਂਦੇ ਨੇ। ਸਾਰੇ ਸਰੋਤਿਆਂ ਨੂੰ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲ ਅਵਤਾਰ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ। ਇੱਥੋਂ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਵਤਾਰ ਦਿਹਾੜੇ 'ਤੇ 550 ਸਾਲ ਅਵਤਾਰ ਪੁਰਬ ਮਨਾ ਰਹੇ ਹਾਂ ਅਤੇ 550 ਖੂਨਦਾਨ ਜਿਹੜਾ ਹੈ ਅਸੀਂ ਇਕੱਤਰ ਹੋ ਕੇ ਇਕੱਠੇ ਹੋ ਕੇ ਕਰ ਰਹੇ ਹਾਂ ਅਤੇ ਵੱਧ ਤੋਂ ਵੱਧ ਜਿਹੜਾ ਹੈ ਲੋਕਾਂ ਦੇ ਵਿੱਚ ਜਾਗਰਤੀ ਲਿਆ ਰਹੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਜੰਗਲ ਬਚਾਓ, ਪੰਛੀਆਂ ਨੂੰ ਬਚਾਓ, ਜੀਵ ਜੰਤਿਆਂ ਨੂੰ ਬਚਾਓ ਅਤੇ ਪ੍ਰਦੂਸ਼ਣ ਵਾਸਤੇ, ਪ੍ਰਦੂਸ਼ਣ ਤੋਂ ਬਚਣ ਵਾਸਤੇ ਜਿਹੜਾ ਹੈਗਾ ਅਸੀਂ ਕੁਛ ਨਾ ਕੁਛ ਕਰੀਏ। ਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਗੁਰੂਆਂ ਦੇ ਇਸ ਪੰਜਾਬ ਨੂੰ ਅਸੀਂ ਹਰਾ ਭਰਾ ਬਣਾਈਏ, ਆਪਸੀ ਭਾਈਚਾਰੇ ਨੂੰ ਕਾਇਮ ਰੱਖੀਏ। ਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਸਰਬੱਤ ਦੇ ਭਰੇ ਦਾ ਜੋ ਸੰਦੇਸ਼ ਹੈ ਉਸ ਨੂੰ ਘਰ ਘਰ ਦੇ ਵਿੱਚ, ਕੋਨੇ ਕੋਨੇ ਦੇ ਵਿੱਚ, ਸੰਸਾਰ ਦੇ ਵਿੱਚ ਫੈਲਾਈਏ ਅਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ। ਸੋ ਸਭ ਤੋਂ ਪਹਿਲਾਂ ਇਹ ਵੀ ਪੁੱਛਣਾ ਚਾਹਾਂਗੀ ਕਿ ਕੁਦਰਤ ਦੇ ਨਾਲ ਤੁਹਾਡਾ ਅਥਾਹ ਪਿਆਰ ਹੈ, ਪਸ਼ੂ ਪੰਛੀ ਬਹੁਤ ਤੁਹਾਡੇ ਨੇੜੇ ਆਉਂਦੇ ਨੇ, ਸੋ ਕਈ ਜਿਹੜੇ ਹੁੰਦੇ ਨੇ ਪੰਛੀਆਂ ਤੋਂ ਭੱਜ ਜਾਂਦੇ ਦੇਖ ਕੇ, ਜਾਨਵਰ ਵੀ ਡਰ ਜਾਂਦੇ ਨੇ, ਉਹਨਾਂ ਲਈ ਕੋਈ ਸੰਦੇਸ਼ ਦੇਣਾ ਚਾਹੋਗੇ? ਕਿਉਂਕਿ ਅਸੀਂ ਪਸ਼ੂ ਪੰਛੀਆਂ ਨੂੰ, ਜੀਵ ਜੰਤੂਆਂ ਨੂੰ ਪਿਆਰ ਕਰਦੇ ਹਾਂ, ਜੇ ਅਸੀਂ ਉਹਨਾਂ ਨੂੰ ਪਿਆਰ ਕਰਦੇ ਹਾਂ ਤਾਂ ਉਹ ਉਹਨਾਂ ਦਾ ਸਾਡੇ 'ਤੇ ਵਿਸ਼ਵਾਸ ਬਣਦਾ ਅਤੇ ਉਹ ਵੀ ਸਾਡੇ ਨਾਲ ਪਿਆਰ ਕਰਦੇ ਨੇ। ਜੇ ਅਸੀਂ ਉਹਨਾਂ ਨੂੰ ਆਪਣਾ ਬੁਰਾ ਜਿਹੜਾ ਹੈਗਾ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਅਸੀਂ ਉਹਨਾਂ ਨੂੰ ਖਾਂਦੇ ਹਾਂ ਤਾਂ ਸਾਡੇ ਤੋਂ ਖਤਰਾ ਮਹਿਸੂਸ ਕਰਦੇ ਨੇ, ਇਸ ਕਰਕੇ ਉਹ ਸਾਡੇ ਨਾਲ ਨਹੀਂ ਆਉਂਦੇ। ਸਾਡਾ ਉਹਨਾਂ ਦੇ ਨਾਲ ਦੋਸਤਾਨਾ ਸੰਬੰਧ ਸਾਨੂੰ ਰੱਖਣਾ ਚਾਹੀਦਾ ਅਤੇ ਉਹਨਾਂ ਦੇ ਪ੍ਰਤੀ ਸਾਡਾ ਜਿਹੜਾ ਵਤੀਰਾ ਉਹ ਬਹੁਤ ਜਿਹੜਾ ਹੈਗਾ ਪਿਆਰ ਵਾਲ ਹੋਣਾ ਚਾਹੀਦਾ, ਫਿਰ ਅਸੀਂ ਜਿਹੜਾ ਹੈਗਾ ਉਹ ਸਾਡੇ ਨੇੜੇ ਆਉਂਦੇ ਨੇ, ਸਾਡੇ ਨੇੜੇ ਰਹਿੰਦੇ ਨੇ ਅਤੇ ਉਹ ਵੀ ਸਾਡੇ ਆਪਣਾ ਇਸ ਸੰਸਾਰ ਦਾ ਇੱਕ ਬਹੁਤ ਅਹਿਮ ਹਿੱਸਾ ਹੈ ਅਤੇ ਸਾਡੇ ਬਰਾਬਰ ਦੇ ਉਹ ਹੱਕਦਾਰ ਨੇ ਸੰਸਾਰ ਵਿੱਚ ਰਹਿਣ ਦੇ। ਇਸ ਕਰਕੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਜੀਵ ਜੰਤੂਆਂ ਦੇ ਪ੍ਰਤੀ ਕਰੂਹਾਲ ਨਾ ਹੋਈਏ ਅਤੇ ਅਸੀਂ ਉਹਨਾਂ ਨੂੰ ਬਚਾਈਏ ਸਗੋਂ। ਇੱਥੇ ਦੱਸਦੇ ਚੱਲਦੇ ਹਾਂ ਕਿ ਗੁਰਦੁਆਰਾ ਸਾਹਿਬ ਬਹੁਤ ਹੀ ਖੂਬਸੂਰਤ ਝੌਂਪੜੀ ਦੇ ਰੂਪ ਦੀ ਇਮਾਰਤ ਵਿੱਚ ਸੁਭਾਇਮਾਨ ਹੈ। ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ ਅਤੇ 24 ਘੰਟੇ ਗੁਰੂ ਕਾ ਲੰਗਰ ਅਤੁੱਟ ਵਰਤਦਾ ਹੈ। ਇੱਥੇ ਦੱਸਦੇ ਚੱਲਦੇ ਹਾਂ ਕਿ ਬਾਬਾ ਜੀ ਨੇ ਇੱਥੇ ਆ ਕੇ ਤਕਰੀਬਨ 6-7 ਦਿਨ ਗੁਪਤ ਹੀ ਨਿਰਹਾਰ ਰਹਿ ਕੇ ਨਾਮ ਸਿਮਰਨ ਰੂਪੀ ਤਪ ਕਰਦੇ ਰਹੇ। ਭੁੱਖ ਪਿਆਸ ਲੱਗਣ 'ਤੇ ਛੱਪੜ ਦਾ ਪਾਣੀ ਸ਼ੁੱਧ ਕਰਕੇ ਉਬਾਲ ਕੇ ਪੀ ਲੈਂਦੇ ਸਨ। ਕਿਸੇ ਤੋਂ ਖਾਣ ਪਹਿਨਣ ਲਈ ਕਦੇ ਕੁਛ ਵੀ ਨਹੀਂ ਮੰਗਿਆ ਸੀ। ਜੇ ਕੋਈ ਪ੍ਰੇਮੀ ਪ੍ਰਸ਼ਾਦਾ ਦੇ ਜਾਂਦਾ ਤਾਂ ਛਕ ਲੈਂਦੇ ਸਨ, ਨਹੀਂ ਤਾਂ ਸਿਮਰਨ ਕਰਦੇ ਰਹਿੰਦੇ ਸਨ। ਆਪ ਜੀ ਨੇ ਪਹਿਲਾਂ 3 ਦਿਨ, ਫਿਰ 7 ਦਿਨ, ਫਿਰ 40 ਦਿਨ ਬਾਅਦ ਖੁੱਲ੍ਹੇ ਦੇ ਵਿੱਚ
ਕਠਨ ਤਪੱਸਿਆ ਕੀਤੀ ਸੀ। ਸਾਲ ਬਾਅਦ ਆਪ ਜੀ ਜਦੋਂ ਤਪੱਸਿਆ ਦੇ ਦਿਨਾਂ ਚ ਪੋਰਾ ਸਾਹਿਬ ਤੋਂ ਬਾਹਰ ਹੁੰਦੇ ਸਨ ਤਾਂ ਸ਼ਾਮ ਨੂੰ ਕੀਰਤਨ ਵੀ ਕਰਦੇ, ਕਾਫੀ ਸੰਗਤ ਇਕੱਠੀ ਹੋ ਜਾਂਦੀ ਸੀ ਤੇ ਕਈ ਵਾਰ ਸਾਰੀ ਸਾਰੀ ਰਾਤ ਲਗਾਤਾਰ ਅਖੰਡ ਕੀਰਤਨ ਕਰਦੇ ਰਹਿੰਦੇ ਸਨ। ਕਈ ਵਾਰ 8-8, 9-9 ਘੰਟੇ ਲਗਾਤਾਰ ਅਖੰਡ ਕੀਰਤਨ ਕਰਦੇ ਰਹਿੰਦੇ ਤੇ ਗੁਰਪੁਰਬਾਂ ਤੇ ਵੀ ਰਹਿਣ ਸੁਬਾਈਆਂ ਚਲਦੀਆਂ ਰਹਿੰਦੀਆਂ। ਸ਼ਾਮ ਦੇ ਵਕਤ ਸੰਗਤ ਨੂੰ ਵਿਦਾ ਕਰਦੇ, ਫਿਰ ਇਕਾਂਤ ਰਾਤ ਨੂੰ ਕੀਰਤਨ ਕਰਦੇ ਰਹਿੰਦੇ ਤੇ ਵੈਰਾਗ ਦੀ ਲਹਿਰ ਚ ਉਠਣੀ ਕੀਰਤਨ ਸ਼ੁਰੂ ਹੋ ਜਾਂਦਾ। ਇਸ ਪਵਿੱਤਰ ਅਸਥਾਨ ਤੇ ਇੱਕ ਭੋਰਾ ਸਾਹਿਬ ਵੀ ਮੌਜੂਦ ਹੈ ਜਿੱਥੇ ਬਾਬਾ ਜੀ ਸਿਮਰਨ ਕਰਦੇ ਨੇ। ਇੱਥੇ ਹੀ ਭਜਨੀ ਕੁਟੀਆ ਵੀ ਬਣੀਆਂ ਹੋਈਆਂ ਨੇ ਜਿੱਥੇ ਨਿਸ਼ਕਾਮ ਸੇਵਾਦਾਰਾਂ ਦੀ ਰਿਹਾਇਸ਼ ਹੈ। ਇੱਥੇ ਪੰਜਾਬ ਦਾ ਅਲੋਪ ਹੋ ਰਿਹਾ ਪੁਰਾਤਨ ਵਿਰਸਾ ਵੀ ਦੇਖਣ ਨੂੰ ਮਿਲਦਾ ਹੈ। ਇਸ ਅਸਥਾਨ ਤੇ ਪੁਰਾਤਨ ਭੱਠੀ ਵੀ ਮੌਜੂਦ ਹੈ ਜਿੱਥੇ ਸਿੱਖ ਸੰਗਤਾਂ ਨੂੰ ਦਾਣੇ ਭੁੰਨ ਕੇ ਛਕਾਏ ਜਾਂਦੇ ਨੇ। ਪਹਿਲੀਆਂ ਤਸਵੀਰਾਂ 'ਚ ਤੁਸੀਂ ਕਾਦਰ ਅਤੇ ਕੁਦਰਤ ਦੇ ਆਨੰਦ ਨੂੰ ਮਾਣਿਆ। ਇੱਕ ਐਸਾ ਰੰਗ ਹੁਣ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਜਿੱਥੇ 12 ਦਰੀ ਬਣੀ ਹੋਈ ਹੈ, ਖੂਬਸੂਰਤ ਜਿਹੜਾ ਰੰਗ ਹੈ। ਗੱਲ ਕਰਦੇ ਹਾਂ ਜੀ ਇਹਨਾਂ ਬਹੁਤ ਹੀ ਛੋਟੇ ਛੋਟੇ ਪਿਆਰੇ ਪਿਆਰੇ ਬੱਚਿਆਂ ਦੀ ਜੋ ਕਿ ਗੁਰਬਾਣੀ ਦੇ ਨਾਲ ਇਹਨਾਂ ਦਾ ਇੰਨਾ ਲਗਾਵ ਹੈ। ਸੋ ਇੱਥੇ ਜਿਹੜੀ ਹੈ ਛੋਟੇ ਛੋਟੇ ਬੱਚੇ ਨੇ ਗੁਰਬਾਣੀ ਦੀ ਸੰਥਿਆ ਲੈਣ ਆਉਂਦੇ ਨੇ ਅਤੇ ਦੂਜੇ ਪਾਸੇ ਜਿਹੜੇ ਹੈ ਤੰਤੀ ਸਾਜ਼ਾਂ ਦੇ ਨਾਲ ਕੀਰਤਨ ਕਰਨਾ ਸਿੱਖਦੇ ਨੇ। ਬਹੁਤ ਹੀ ਹਰਮਨ ਪਿਆਰੇ ਜਿਹੜੇ ਇਹ ਸਾਰੇ ਬੱਚੇ ਨੇ ਇੱਥੇ ਆਉਂਦੇ ਨੇ, ਗੁਰਬਾਣੀ ਦੇ ਨਾਲ ਅਥਾਹ ਪਿਆਰ ਕਰਦੇ ਨੇ ਅਤੇ ਬਾਬਾ ਜੀ ਦੇ ਵੱਲੋਂ ਵੱਡਾ ਉਪਰਾਲਾ ਕਰਦੇ ਹੋਏ ਇਹਨਾਂ ਸਾਰੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਜਿਹੜੀ ਹੈ ਗੁਰਬਾਣੀ ਦੀ ਸੰਥਿਆ ਦਿੱਤੀ ਜਾਂਦੀ ਹੈ ਅਤੇ ਨਾਲ ਹੀ ਇਹਨਾਂ ਨੂੰ ਗੁਰਮੁਖੀ ਲਿਪੀ ਵੀ ਸਿਖਾਈ ਜਾਂਦੀ ਹੈ। ਆਓ ਫਿਰ ਇੱਕ ਵਾਰ ਤੁਹਾਨੂੰ ਇਹ ਜਿਹੜਾ ਖੂਬਸੂਰਤ ਦ੍ਰਿਸ਼ ਵੀ ਦਿਖਾਉਂਦੇ ਚੱਲਦੇ ਹਾਂ। ਇਹਨਾਂ ਵਿਦਿਆਰਥੀਆਂ ਦੇ ਕੋਲੋਂ ਸ਼ਬਦ ਕੀਰਤਨ ਦਾ ਆਨੰਦ ਮਾਣਿਆ ਅਤੇ ਹੁਣ ਜਿਹੜੇ ਮੇਰੇ ਆਲੇ ਦੁਆਲੇ ਵਿਦਿਆਰਥੀ ਬੈਠੇ ਨੇ ਇੱਥੇ 35 ਮੁਹਾਰਨੀ 10 ਗੁਰੂਆਂ ਦੇ ਨਾਮ ਇਸ ਦੇ ਨਾਲ ਹੀ 4 ਸਾਹਿਬਜ਼ਾਦਿਆਂ ਦੇ ਜਿਹੜੇ ਨਾਮ ਵੀ ਯਾਦ ਕਰਦੇ ਨੇ, ਸਿੱਖਦੇ ਨੇ ਹਾਲੇ ਬੱਚੇ, ਹਰ ਇੱਕ ਪ੍ਰਕਾਰ ਦੀ ਜਿਹੜੀ ਗੁਰਬਾਣੀ ਦੀ ਸੰਥਿਆ ਵੀ ਲੈਂਦੇ ਨੇ। ਸੋ ਸਾਡੇ ਨਾਲ ਇੱਥੇ ਬਹੁਤ ਹੀ ਪਿਆਰੀ ਜਿਹੜੀ ਬੱਚੀ ਹੈ, ਸੋ ਇਹਨਾਂ ਤੋਂ ਪੁੱਛਾਂਗੇ ਅਸੀਂ ਇਹਨਾਂ ਨੂੰ ਕੀ ਆਉਂਦਾ ਹੈ। ਤੁਹਾਡਾ ਨਾਮ ਕੀ ਹੈ? ਰੁਪਿੰਦਰ ਕੌਰ। ਰੁਪਿੰਦਰ ਜੀ, ਸਭ ਤੋਂ ਪਹਿਲਾਂ ਆਪਾਂ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੁਪਿੰਦਰ, 10 ਗੁਰੂ ਸਾਹਿਬਾਨਾਂ ਦੇ ਨਾਮ ਆਉਂਦੇ ਤੁਹਾਨੂੰ? ਹਾਂਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੇ ਨਾਮ, ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ, ਦੂਜੀ ਪਾਤਸ਼ਾਹੀ ਸ਼੍ਰੀ ਗੁਰੂ ਅੰਗਦ ਦੇਵ ਜੀ, ਤੀਜੀ ਪਾਤਸ਼ਾਹੀ ਸ਼੍ਰੀ ਗੁਰੂ ਅਮਰਦਾਸ ਜੀ, ਚੌਥੀ ਪਾਤਸ਼ਾਹੀ ਸ਼੍ਰੀ ਗੁਰੂ ਰਾਮਦਾਸ ਜੀ, ਪੰਜਵੀਂ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ, ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਸੱਤਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਰਾਏ ਜੀ, ਅੱਠਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ, ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ, ਦਸਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਪੰਜ ਪਿਆਰਿਆਂ ਦਸਾਂ ਗੁਰਾਂ ਦੀ ਜੋਤ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਇੱਥੇ ਫ੍ਰੀ ਨਸ਼ਾ ਛੁਡਾਊ ਕੈਂਪ ਵੀ ਮੌਜੂਦ ਹੈ ਅਤੇ ਹੁਣ ਤੱਕ ਹਜ਼ਾਰਾਂ ਲੋਕ ਨਸ਼ਾ ਛੱਡ ਕੇ ਆਪਣੀ ਚੰਗੀ ਜ਼ਿੰਦਗੀ ਬਤੀਤ ਕਰ ਰਹੇ ਨੇ। ਇੱਥੇ ਜੰਗਲੀ ਜੀਵਾਂ ਅਤੇ ਪੰਛੀਆਂ ਦੇ ਸਾਂਭ ਸੰਭਾਲ ਲਈ ਹਰ ਸਾਲ ਜੰਗਲੀ ਜੀਵ ਸੁਰੱਖਿਆ ਦਿਵਸ ਮਨਾਇਆ ਜਾਂਦਾ ਹੈ। ਇੱਥੇ ਹੀ ਬਹੁਤ ਸਾਰੇ ਪਸ਼ੂ ਪੰਛੀ ਰਹਿੰਦੇ ਨੇ ਅਤੇ ਸਮਾਜ ਸੇਵਾ ਦੇ ਅਨੇਕਾਂ ਕਾਰਜ ਇਸ ਸੰਸਥਾ ਵੱਲੋਂ ਕਰਵਾਏ ਜਾਂਦੇ ਨੇ। ਬਹੁਤ ਹੀ ਮਨਮੋਹਕ ਹੈ ਇਹ ਪਵਿੱਤਰ ਅਸਥਾਨ, ਜਿੱਥੇ ਨਿੱਤ ਦਿਨ ਸਿੱਖ ਸੰਗਤਾਂ ਬੜੇ ਪ੍ਰੇਮ ਅਤੇ ਸ਼ਰਧਾ ਦੇ ਨਾਲ ਆ ਕੇ ਸੀਸ ਝੁਕਾਉਂਦੀਆਂ ਨੇ। ਤੁਸੀਂ ਦਰਸ਼ਨ ਕੀਤੇ ਨੇ ਗੁਰਦੁਆਰਾ ਤਪੋ ਬਨ ਟੱਕੀ ਸਾਹਿਬ ਮਕਸੂਦਰਾ ਦੇ। ਇਹ ਪਵਿੱਤਰ ਅਸਥਾਨ ਜਿਹੜਾ ਇੱਕ ਜੰਗਲ ਦੇ ਵਿੱਚ ਬਣਿਆ ਹੋਇਆ, ਬੀਆ ਬਾਣ ਪਹਿਲਾਂ ਜੰਗਲ ਸੀ ਪਰ ਬਾਬਾ ਦਰਸ਼ਨ ਸਿੰਘ ਜੀ ਨੇ ਇੱਥੇ ਆ ਕੇ ਇਸ ਜੰਗਲ ਦੇ ਵਿੱਚ ਮੰਗਲ ਲਗਾ ਦਿੱਤੇ, ਜਿੱਥੇ ਬਹੁਤ ਸਾਰੇ ਜੀਵ ਜੰਤੂ ਵੀ ਮੌਜੂਦ ਨੇ, ਜਿਹੜੇ ਅਸੀਂ ਜਿਹੜੇ ਪਸ਼ੂ ਪੰਛੀ ਜਿਹੜੇ ਅਲੋਪ ਹੋ ਰਹੇ ਨੇ ਅੱਜ ਅਸੀਂ ਉਹ ਵੀ ਸਾਰੇ ਇੱਥੇ ਦੇਖੇ ਨੇ ਕਿ ਕਿਸ ਤਰ੍ਹਾਂ ਉਹ ਬਾਬਾ ਜੀ ਦੇ ਨਾਲ ਪ੍ਰੇਮ ਪਿਆਰ ਕਰਦੇ ਨੇ, ਸਨੇਹ ਕਰਦੇ ਨੇ। ਸੋ ਇਹਦੇ ਨਾਲ ਬਾਬਾ ਜੀ ਵੀ ਇਹੀ ਸੰਦੇਸ਼ ਦਿੰਦੇ ਨੇ ਕਿ ਸਿੱਖ ਸੰਗਤਾਂ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜਨ ਅਤੇ ਨਾਲ ਹੀ ਜੀਵ ਜੰਤੂਆਂ ਨੂੰ ਬੇਹੱਦ ਪਿਆਰ ਕਰਨ, ਕਿਉਂਕਿ ਇਹ ਵੀ ਪਰਮਾਤਮਾ ਦੇ ਵੱਲੋਂ ਭੇਜੇ ਹੋਏ ਨੇ ਅਤੇ ਇਹਨਾਂ ਦੇ ਵਿੱਚ ਵੀ ਓਨੇ ਸਵਾਸ ਨੇ। ਸੋ ਇਸੇ ਤਰ੍ਹਾਂ ਜੇਕਰ ਤੁਸੀਂ ਵੀ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਵੀ ਇਸ ਖੂਬਸੂਰਤ ਅਸਥਾਨ 'ਤੇ ਆ ਕੇ ਆਪਣੇ ਮਨ ਨੂੰ ਜਿਹੜਾ ਇਲਾਹੀ ਸਕੂਨ ਦੇ ਸਕਦੇ ਹੋ। ਇਸੇ ਤਰ੍ਹਾਂ ਫਿਰ ਤੋਂ ਕਿਸੇ ਹੋਰ ਧਾਰਮਿਕ ਪਵਿੱਤਰ ਅਸਥਾਨ ਦੇ ਦਰਸ਼ਨ ਕਰਵਾਉਣ ਲਈ ਹਾਜ਼ਰ ਹੋਵਾਂਗੇ। ਕੈਮਰਾਮੈਨ ਦਰਸ਼ੀ ਦੇ ਨਾਲ ਮਨਦੀਪ ਕੌਰ ਸੰਧੂ, ਪਿੰਡ ਮਕਸੂਦਰਾ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।